ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਦੀ ਸੀਟ ਤੋਂ ਚੋਣ ਲੜਨ ਦਾ ਦਾਅਵਾ ਠੋਕ ਰੱਖਿਆ। ਹਾਲਾਂਕਿ ਪਾਰਟੀ ਵਿੱਚ ਇਸ ਬਾਰੇ ਵੱਖੋ ਵੱਖ ਰਾਏ ਚੱਲ ਰਹੀ ਹੈ, ਖਾਸ ਕਰਕੇ ਪਵਨ ਬਾਂਸਲ ਗਰੁੱਪ ਅਤੇ ਮਨੀਸ਼ ਤਿਵਾੜੀ ਦੀ ਦਾਅਵੇਦਾਰੀ ਵੀ ਇਸੇ ਸੀਟ ਤੋਂ ਹੋਣ ਕਰਕੇ ਸ਼ਸ਼ੋ ਪਾਉਂਦੇ ਹਾਲਾਤ ਨੇ। ਅੱਜ ਤੱਕ ਇਹ ਫਾਈਨਲ ਨਹੀਂ ਹੋ ਸਕਿਆ ਕਿ ਚੰਡੀਗੜ੍ਹ ਤੋਂ ਕੌਣ ਲੋਕ ਸਭਾ ਚੋਣ ਲੜੇਗਾ। ਅਜਿਹੇ ਵਿੱਚ ਨਵਜੋਤ ਕੌਰ ਸਿੱਧੂ ਵੱਲੋਂ ਕੌਮਾਂਤਰੀ ਮਹਿਲਾ ਦਿਹਾੜੇ ਦੇ ਮੌਕੇ ਕਾਂਗਰਸ ਭਵਨ ਦੇ ਪ੍ਰੋਗਰਾਮ 'ਚ ਰੱਖੇ ਜਾਣ ਦੇ ਸੰਬੰਧ ਵਿੱਚ ਨਵਾਂ ਵਿਵਾਦ ਖੜਾ ਹੋ ਗਿਆ, ਜਦ ਨਵਜੋਤ ਕੌਰ ਸਿੱਧੂ ਦੇ ਹਿਮਾਇਤੀਆਂ ਨੂੰ ਕਾਂਗਰਸ ਭਵਨ ਦੇ ਅੰਦਰ ਵੜਨ ਨਾ ਦਿੱਤਾ ਗਿਆ। ਇਸ ਦੀ ਵਜ੍ਹਾ ਨਵਜੋਤ ਕੌਰ ਧੜੇ ਵੱਲੋਂ ਪਵਨ ਬਾਂਸਲ ਗਰੁੱਪ ਦੱਸਿਆ ਜਾ ਰਿਹਾ ਹੈ। ਤੁਹਾਨੂੰ ਲੱਗਦਾ ਕਿ ਅੱਜ ਸਾਡਾ ਇੰਟਰਨੈਸ਼ਨਲ ਵੂਮੈਨ ਡੇ ਔਰ ਸਾਨੂੰ ਬੜੇ ਜੋਸ਼ ਨਾਲ ਮਨਾਉਣਾ ਚਾਹੀਦਾ, ਲੇਕਿਨ ਸਾਨੂੰ ਅਫਸੋਸ ਹੈ ਕਿ ਕੁਛ ਸਾਡੇ ਜਿਹੜੇ ਕਾਂਗਰਸ ਦੇ ਆਗੂ ਹੈ ਪਵਨ ਕੁਮਾਰ ਬਾਂਸਲ ਜੀ, ਜਿਨ੍ਹਾਂ ਨੂੰ ਮੈਨੂੰ ਲੱਗਦਾ ਇੰਨਾ ਖੌਫ ਹੈ ਕਿ ਉਹ ਸੋਚਦੇ ਵੀ ਕਾਂਗਰਸ ਦਫ਼ਤਰ ਤੱਕ ਖੁੱਲ੍ਹ ਗਿਆ ਔਰ ਪੂਨਮ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਨੇ ਵੂਮੈਨ ਡੇ ਮਨਾ ਲਿਆ ਅਤੇ ਸਾਡੀ ਜਿਹੜੀ ਗੈਸਟ ਹੈ ਚੀਫ ਗੈਸਟ ਨਵਜੋਤ ਸਿੱਧੂ ਜੀ ਅਗਰ ਅੱਜ ਪਹਿਲੀ ਵਾਰ ਆ ਗਈ ਤਾਂ ਮੈਂ ਸ਼ਾਇਦ ਪਰਦਾ ਮੇਰਾ ਸਾਫ਼ ਹੋ ਜਾਣਾ। ਸੋ ਉਹਨਾਂ ਦੀ ਇੱਕ ਬਦਨੀਤੀ ਸੀ। ਮੈਂ ਫਿਰ ਕਹਿ ਰਹੀ ਹਾਂ ਕਿ ਮੈਂ ਇਹ ਫੰਕਸ਼ਨ ਉਹਨਾਂ ਤੋਂ ਪੁੱਛੇ ਬਗੈਰ ਨਹੀਂ ਰੱਖਿਆ। ਪ੍ਰਦੀਪ ਛਾਬੜਾ ਜੀ ਮੇਰੇ ਪ੍ਰੈਜੀਡੈਂਟ ਹੈ, ਮੇਰੀ ਫੋਟੋ ਦੇਖੋ, ਅੱਜ ਮੈਂ ਆਪਣੇ ਪ੍ਰੈਜੀਡੈਂਟ ਦੀ ਫੋਟੋ ਉੱਪਰ ਲਗਾਈ ਹੈ। ਮੈਂ ਕੱਲ੍ਹ ਆਪਣੇ ਪ੍ਰੈਜੀਡੈਂਟ ਨੂੰ ਇਤਲਾਹ ਕੀਤਾ ਕਿ ਕੋਈ ਫੰਕਸ਼ਨ ਤਾਂ ਨਹੀਂ ਹੈ ਕਾਂਗਰਸ ਭਵਨ, ਕਿ ਮੈਂ ਆਉਣਾ ਚਾਹ ਰਹੀ ਹਾਂ ਤਾਂ ਕਿ ਮੈਂ ਫੰਕਸ਼ਨ ਇੱਥੇ ਕਿ ਅਸੀਂ ਸਮੋਸਾ ਔਰ ਚਾਹ ਵਗੈਰਾ ਸ਼ੇਅਰ ਕਰਾਂਗੇ। ਤਾਂ ਉਹਨਾਂ ਨੇ ਕਿਹਾ ਕਿ ਐਸ ਸੱਚ ਕੋਈ ਫੰਕਸ਼ਨ ਨਹੀਂ ਹੈ। ਮੈਂ ਕਿਹਾ ਜੀ ਮੈਂ ਫਿਰ ਕਿਸੇ ਕੰਟਰੋਵਰਸੀ 'ਚ ਫਸਣਾ ਨਹੀਂ ਚਾਹੁੰਦੀ ਕਿ ਆਲਰੇਡੀ ਫੰਕਸ਼ਨ ਚੱਲ ਰਿਹਾ, ਅਸੀਂ ਵੀ ਵਿੱਚ ਹੀ ਆ ਜਾਈਏ। ਸੋ ਉਹਨਾਂ ਨੇ ਕਿਹਾ ਵੀ ਕੋਈ ਫੰਕਸ਼ਨ ਨਹੀਂ ਹੈ ਤਾਂ ਮੈਂ ਸਾਰਾ ਫੰਕਸ਼ਨ ਤੈਅ ਕਰ ਲਿਆ। ਜਦੋਂ ਰਾਤੀਂ ਅਖਬਾਰਾਂ 'ਚ ਆ ਗਿਆ ਹੋਣਾ ਜਾਂ ਸਵੇਰ ਤੱਕ ਆ ਗਿਆ ਹੋਣਾ ਕਿ ਜੀ ਅੱਜ ਸਵੇਰੇ ਫੰਕਸ਼ਨ ਹੈ, ਤਾਂ ਪਵਨ ਬਾਂਸਲ ਜੀ ਨੇ ਕੀਤੀ ਹੋਣੀ ਉਹਨਾਂ ਦੀ ਖਿਚਾਈ, ਕਿਉਂਕਿ ਪਵਨ ਕਾਂਗਰਸ ਹੈ ਇੱਥੇ। ਮੈਂ ਫਿਰ ਕਹਿ ਰਹੀ ਹਾਂ ਰਾਹੁਲ ਗਾਂਧੀ ਜੀ, ਵਾਰ ਵਾਰ ਸਮਝੋ, ਤੁਸੀਂ ਸਾਡੀ ਇੰਨੀ ਤੋਹੀਨ ਨਹੀਂ ਕਰਾ ਸਕਦੇ ਕਿ ਤੁਸੀਂ ਪਵਨ ਬਾਂਸਲ ਮੁਕਤ ਇੱਥੇ ਬਣਾਓ ਚੰਡੀਗੜ੍ਹ। ਮੈਂ ਕਿਹਾ ਜੀ ਪ੍ਰਦੀਪ ਤਾਲੇ ਲੱਗੇ ਹੋਏ ਆ, ਤਾਂ ਉਹਨਾਂ ਨੇ ਕਿਹਾ ਕਿ ਬਈ ਇਹ ਤਾਲੇ ਇਸ ਕਰਕੇ ਲੱਗੇ ਕਿ ਇੱਕ ਦੂਸਰੀ ਗਰੁੱਪ ਵੀ ਕੋਈ ਫੰਕਸ਼ਨ ਕਰਨਾ ਚਾਹ ਰਿਹਾ। ਮੈਂ ਕਿਹਾ ਜੀ ਉਹ ਤਾਂ ਤੁਹਾਨੂੰ ਕੱਲ੍ਹ ਵੀ ਪਤਾ ਹੋਣਾ ਚਾਹੀਦਾ, ਤੁਸੀਂ ਪ੍ਰਧਾਨ ਆ, ਤੁਹਾਨੂੰ ਨਹੀਂ ਪਤਾ ਇੱਥੇ ਕਿੰਨੇ ਫੰਕਸ਼ਨ ਹੋਣੇ। ਚਲੋ ਐਨੀਵੇ ਮੈਂ ਤੁਹਾਡੀ ਗੱਲ ਵੱਡੀ ਕਰਦੀ ਹਾਂ ਕਿ ਤੁਸੀਂ ਨਾ 3 ਵਜੇ ਸਾਡਾ, ਤੁਸੀਂ ਉਹਨਾਂ ਨੂੰ 3 ਵਜੇ ਕਰਨ ਦਿਓ, ਮੈਂ 4 ਵਜੇ ਆ ਜਾਊਂਗੀ, 5 ਵਜੇ ਆ ਜਾਊਂਗੀ, 7 ਵਜੇ ਆ ਜਾਊਂਗੀ। ਕਾਂਗਰਸ ਭਵਨ ਹੈ, ਰਾਤ ਦੇ 10 ਵਜੇ ਤੱਕ ਵੀ ਮਹਿਲਾਵਾਂ ਨੇ ਜੇ ਗਿੱਧਾ ਪਾਉਣਾ ਤਾਂ ਪਾਈ ਸਕਦੀਆਂ, ਐਡੀ ਵੱਡੀ ਗੱਲ ਨਹੀਂ। ਤਾਂ ਉਹਨਾਂ ਨੇ ਕਿਹਾ ਜੀ ਸੋਰੀ, ਮੈਂ ਕਿਸੇ ਕੰਟਰੋਵਰਸੀ 'ਚ ਫਸਣਾ ਚਾਹੁੰਦਾ, ਮੈਂ ਉਹਨਾਂ ਤਾਲਾ ਲਗਾਤਾ ਔਰ ਮੈਂ ਨਹੀਂ ਹੁਣ ਇਹਨੂੰ ਖੋਲੂੰਗਾ। ਕੋਈ ਰੀਜ਼ਨ ਦੱਸਿਆ ਉਹਨਾਂ ਨੇ? ਦੱਸਿਆ ਕਿ ਮੈਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਮੈਂ ਸਮਝਦੀ ਹਾਂ ਪ੍ਰਧਾਨ ਅਗਰ ਕੰਟਰੋਵਰਸੀਆਂ 'ਚ ਫਸਣ ਲੱਗ ਗਏ ਫਿਰ ਉਹ ਪ੍ਰਧਾਨਗੀ ਕਾਹਦੀ ਹੈ? ਇਹ ਪ੍ਰਧਾਨਗੀ ਪਵਨ ਬਾਂਸਲ ਚਲਾ ਰਹੇ ਹੈ, ਪ੍ਰਦੀਪ ਛਾਬੜੇ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਮੈਂ ਬਾਰ ਬਾਰ ਕਹਿ ਰਹੀ ਹਾਂ ਮੇਰਾ ਪ੍ਰਧਾਨ ਫਿਰ ਵੀ ਠੀਕ ਹੋਏਗਾ। ਜਦੋਂ ਅਸੀਂ ਇਸ ਬਾਰੇ ਕਾਂਗਰਸ ਭਵਨ ਦੇ ਇੰਚਾਰਜ ਤੇ ਚੰਡੀਗੜ੍ਹ ਪ੍ਰਧਾਨ ਪ੍ਰਦੀਪ ਛਾਬੜਾ ਤੋਂ ਗੇਟ ਬੰਦ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਇਹ ਜਵਾਬ ਦਿੱਤਾ ਸੀ। ਸਰ ਇੱਕ ਆਪਣੀ ਨਿਊਜ਼ ਵਾਇਰਲ ਹੋ ਰਹੀ ਹੈ ਵੀ ਉਹਦਾ ਗੇਟ ਬੰਦ ਹੋ ਗਿਆ ਆਪਣੇ ਕਾਂਗਰਸ ਭਵਨ ਦੇ 35 ਚ ਨਵਜੋਤ ਕੌਰ ਸਿੱਧੂ ਦਾ। ਨਹੀਂ ਕੋਈ ਐਸੀ ਗੱਲ ਨਹੀਂ ਹੈ, ਦੇਖੋ ਇਹਨਾਂ ਨੇ ਪਹਿਲੀ ਗੱਲ ਤਾਂ ਇਨਫੋਰਮ ਕਰਨਾ ਚਾਹੀਦਾ। ਠੀਕ ਹੈ ਜੀ। ਕੋਈ ਵੀ ਪ੍ਰੋਗਰਾਮ ਕਾਂਗਰਸ ਹਾਊਸ 'ਚ ਕਰਨਾ, ਆਫਟਰ ਆਲ ਆਮ ਕਸਟੋਡੀਅਨ ਆਫ ਕਾਂਗਰਸ ਹਾਊਸ, ਤਾਂ 4 ਕੈਂਡੀਡੇਟ ਹੈ ਜੀ, ਤੇ ਮੈਂ ਕਿਹਨੂੰ ਕਿਹਨੂੰ ਬੁਲਾਓ, ਇੱਦਾਂ ਕਰੂੰਗਾ ਟਿਕਟ ਫਾਈਨਲ ਹੋ ਜੇ। ਠੀਕ ਹੈ ਜੀ। ਓਕੇ, ਨਹੀਂ ਕੋਈ ਪ੍ਰੋਗਰਾਮ ਰੱਖਿਆ ਸੀ ਉਹਨਾਂ ਨੇ ਅੱਜ ਦਾ? ਪ੍ਰੋਗਰਾਮ ਰੱਖ ਲਿਆ ਸੀ ਜੀ, ਬਿਨਾਂ ਪੁੱਛੇ ਬਿਨਾਂ ਦੱਸੇ, ਔਰ ਮੈਨੂੰ ਪਤਾ ਨਹੀਂ, ਮੈਨੂੰ ਬਾਹਰੋਂ ਪਤਾ ਲੱਗ ਰਿਹਾ ਲੋਕਾਂ ਕੋਲ ਜੀ। ਮੈਨੂੰ ਕਹਿਤਾ ਕਿ ਅਸੀਂ ਤਾਂ ਵੈਸੇ ਚਾਹ ਪੀ ਰਹਿਣਾ, ਮੈਂ ਕਿਹਾ ਠੀਕ ਹੈ ਬੰਸਲ ਜੀ ਵੀ ਬੈਠੇ ਹੋਣ, ਸਾਰੇ ਬੈਠੇ ਹੋਣ, ਕਹਿੰਦੇ ਬੈਠੇ ਰਹਿਣਾ, ਅਸੀਂ ਤਾਂ ਚਾਹ ਪੀ ਕੇ ਚਲੇ ਜਾਵਾਂਗੇ। ਮੁੜ ਕੇ ਰਾਤ ਨੂੰ ਇਹਨਾਂ ਨੇ ਪੋਸਟ ਛਾਪ ਕੇ ਆਪਣਾ ਇਹਦੇ 'ਚ ਵਟਸਐਪ ਤੇ ਪਲੱਸ ਪ੍ਰੋਗਰਾਮ ਸਾਰਿਆਂ ਨੂੰ ਕਿ ਬੰਦੇ ਲੈ ਕੇ ਆਓ ਉੱਥੇ, ਕੱਲ੍ਹ ਨਵਜੋਤ ਕੌਰ ਸਿੱਧੂ ਦਾ ਵੈਲਕਮ ਕਰਨਾ। ਦਿਸ ਇਜ਼ ਨੋ ਵੇ ਨਾ, ਔਰ ਪ੍ਰਧਾਨ ਹੋ ਤੁਹਾਨੂੰ ਤਾਂ ਇੰਟੀਮੇਸ਼ਨ ਹੋਣੀ ਚਾਹੀਦੀ। ਇੰਟੀਮੇਸ਼ਨ ਤੁਸੀਂ ਜੋ ਝੂਠ ਬੋਲੀ ਜਾ ਰਹੇ ਕਿ ਇੰਟੀਮੇਟ ਕੀਤਾ, ਇੰਟੀਮੇਟ ਮੈਨੂੰ ਕੀ ਕੀਤਾ ਵੀ ਅਸੀਂ ਸਿਰਫ ਚਾਹ ਪੀ ਕੇ ਚਲੇ ਜਾਵਾਂਗੇ? ਮੈਂ ਕਿਹਾ ਜੀ ਮੈਂ ਹੋਣਾ ਨਹੀਂ ਅੱਜ, ਐਕਚੁਅਲੀ ਮੈਂ ਘਰ, ਮੈਨੂੰ ਕਿਹਾ ਵੀ ਕਿ ਮੈਂ ਨਹੀਂ ਹੋਊਂਗਾ। ਅੱਛਾ ਜੀ। ਹਾਂ ਮੈਂ ਸਪੈਸ਼ਲ ਕਿਹਾ, ਔਰ ਫਿਰ ਉਸਦੇ ਬਾਵਜੂਦ ਰਾਤ ਨੂੰ ਮੈਨੂੰ ਲੋਕਾਂ ਤੋਂ ਪਤਾ ਲੱਗ ਰਿਹਾ ਜੀ ਇਹਨੇ ਪ੍ਰੋਗਰਾਮ ਰੱਖਤਾ ਵੂਮੈਨ ਡੇ ਦਾ, ਇਸ ਤਰ੍ਹਾਂ ਥੋੜ੍ਹੀ ਜਿਹੀ ਅਲਾਓ ਕਰ ਦਾਂਗਾ ਜੀ। ਮੈਂ ਕੱਲ੍ਹ ਨੂੰ ਦੂਸਰਾ ਕੈਂਡੀਡੇਟ ਵੀ ਉੱਥੇ 40-50 ਬੰਦੇ ਅੰਦਰ ਕੋਈ ਤੂ ਮੈਂ ਹੋ ਜੇ, ਬਿਲਕੁਲ ਜੀ ਬਿਲਕੁਲ। ਮੈਂ ਤਾਂ ਆਪਣੇ ਕੈਂਡੀਡੇਟ, ਮੈਂ
ਚਲੋ ਫੋਟੋ ਲਾਤੀ ਕੋਈ ਗੱਲ ਨੀ, ਚਲੋ ਆਨਰ ਦਿੱਤਾ ਕੋਈ ਗੱਲ ਨੀ ਹੈਗੀ, ਮੈਨੂੰ ਵੀ ਸਮਝਦਾ ਕਿ ਕੋਈ ਮਾੜੀ ਗੱਲ ਹੈ, ਬਟ ਐਟਲੀਸਟ ਵਨ ਸ਼ੁੱਡ ਇਨਫੋਰਮ ਮੀ ਨਾ। ਬਿਲਕੁਲ ਜੀ ਬਿਲਕੁਲ। ਅਗਲਾ ਸੀਗਾ ਸ਼ਾਮ ਦਾ ਪ੍ਰੋਗਰਾਮ ਛਾਬੜਾ ਸਰ। ਹਾਂਜੀ ਹਾਂਜੀ ਠੀਕ ਹੈ ਸਰ, ਠੀਕ ਹੈ ਜੀ। ਮੈਨੂੰ ਕਹਿ ਰਹੇ ਸੀ 5 ਵਜੇ ਆਵਾਂਗੇ ਜੀ, ਤੁਸੀਂ ਨਿਕਲਣਾ ਨਿਕਲਦਾ ਚਾਹ ਕੇ ਫਿਰ ਚਲੇ ਜਾਓਗੇ, ਮਤਲਬ ਕੋਈ ਗੱਲ ਨੀ, ਸਭ ਦਾ ਕਾਂਗਰਸ ਹੋਣਾ, ਆਓ ਤੁਸੀਂ ਵੈਲਕਮ ਜੀ, ਤੁਹਾਨੂੰ ਚਾਹ ਵੀ ਪਿਲਾਵਾਂਗੇ, ਪਰ ਸਾਨੂੰ ਥੋੜਾ ਪਤਾ ਚਾਹ ਪਕੌੜੇ ਆਪਣੇ ਬਣਾਉਣ ਲਿਆ ਕੇ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਠੀਕ ਹੈ ਜੀ, ਮਤਲਬ ਆਪ ਮੋਹਾਰੀ ਚੱਲੇ ਹੋਏ ਸੀਗੇ ਵਿਦਆਊਟ ਐਨੀ। ਔਰ ਮੈਂ ਮੈਡਮ ਮੈਂ ਕਿਹਾ ਨਾ ਕਰੋ ਸਰ, ਮੇਰੇ ਫੋਨ ਤੇ ਗੱਲ ਹੋਈ ਹੈ, ਮੈਂ ਕਿਹਾ ਇੱਦਾਂ ਨਾ ਕਰੋ, ਦੇਖੋ ਇਲੈਕਸ਼ਨ ਹੈ ਔਰ 2 ਦਿਨਾਂ ਬਾਅਦ ਟਿਕਟਾਂ ਦਾ ਡਿਸੀਜਨ ਸ਼ੁਰੂ ਹੋ ਜਾਣਾ, ਪਰਸੋਂ ਮੀਟਿੰਗ ਹੈ ਦਿੱਲੀ। ਠੀਕ ਹੈ, ਅੱਛਾ ਰਿਗਾਰਡਿੰਗ ਚੰਡੀਗੜ੍ਹ। ਹਾਂਜੀ ਹਾਂਜੀ, ਪੰਜਾਬ ਤੇ ਚੰਡੀਗੜ੍ਹ ਦੋਨਾਂ ਦੀ ਟਿਕਟਾਂ ਦਾ ਪਰਸੋਂ ਮੀਟਿੰਗ ਜੀ ਜੀ ਦਿੱਲੀ 'ਚ। ਮੈਂ ਕਿਹਾ ਵੀ ਹੁੰਦਾ ਕਿ ਮੈਡਮ 2-4 ਦਿਨ ਵੇਟ ਕਰ ਲਓ, ਜਿਹੜਾ ਕੈਂਡੀਡੇਟ ਉੱਥੋਂ ਮੈਨੂੰ ਸੈਂਟਰ ਲੀਡਰਸ਼ਿਪ ਕਹੇਗੀ, ਜੋ ਮੇਰੀ ਪਾਰਟੀ ਹਾਈਕਮਾਂਡ ਕਹੇਗੀ, ਮੈਂ ਉਹਦੀ ਮਦਦ ਕਰਨੀ ਹੈ, ਮੈਂ ਤਾਂ ਪ੍ਰੈਜੀਡੈਂਟ ਹਾਂ ਪਾਰਟੀ ਦਾ, ਮੈਂ ਕਿਹੜਾ ਐਮਪੀ ਦਾ ਦਾਅਵੇਦਾਰ ਹਾਂ। ਠੀਕ ਹੈ ਜੀ ਬਿਲਕੁਲ, ਠੀਕ ਹੈ ਨਾ ਜੀ, ਮੇਰੇ ਵਾਸਤੇ ਮੇਰੇ ਤੋਂ ਡਿਊਟੀ ਹੈ ਜੀ। ਠੀਕ ਹੈ ਸਰ, ਬਰਦਾਸ਼ਤ ਸਰ, ਠੀਕ ਹੈ, ਥੈਂਕ ਯੂ ਜੀ। ਇਸ ਪੂਰੀ ਗੱਲਬਾਤ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਭਵਨ ਦੇ ਅੰਦਰ ਫੰਕਸ਼ਨ ਕਰਕੇ ਜਿਵੇਂ ਨਵਜੋਤ ਕੌਰ ਸਿੱਧੂ ਨੇ ਆਪਣਾ ਦਬਦਬਾ ਸਾਬਤ ਕਰਨਾ ਸੀ, ਜੋ ਵਿਰੋਧੀ ਨਹੀਂ ਚਾਹੁੰਦੇ ਸਨ। ਵੈਸੇ ਪ੍ਰਦੀਪ ਛਾਬੜਾ ਵੀ ਇਸ ਪੱਖ ਵਿੱਚ ਨਹੀਂ ਲੱਗ ਰਹੇ, ਹੁਣ ਉਹ ਦੂਜੇ ਧੜੇ ਦੇ ਬੰਦੇ ਨੇ ਜਾਂ ਉਹਨਾਂ ਆਪਣੀ ਡਿਊਟੀ ਤਹਿਤ ਨਵਜੋਤ ਕੌਰ ਦੇ ਹਿਮਾਇਤੀਆਂ ਨੂੰ ਅੰਦਰ ਨਹੀਂ ਵੜਨ ਦਿੱਤਾ। ਇਹ ਜਾਂ ਤਾਂ ਪ੍ਰਦੀਪ ਛਾਬੜਾ ਦੱਸ ਸਕਦੇ ਨੇ ਜਾਂ ਨਵਜੋਤ ਕੌਰ ਸਿੱਧੂ। ਚੰਡੀਗੜ੍ਹ ਤੋਂ ਡੇਲੀ ਪੋਸਟ ਪੰਜਾਬੀ ਲਈ ਸੁਸ਼ੀਲ ਗਰਚਾ ਦੀ ਰਿਪੋਰਟ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।